ਪੰਜਾਬ ਦੇ ਵਿੱਚ ਵੱਧ ਰਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਕਈ ਸਮਾਜਿਕ ਸੰਸਥਾਵਾਂ ਵੱਲੋਂ ਜਾਗਰੂਕ ਕੈਂਪ ਲਗਾਏ ਜਾ ਰਹੇ ਨੇ, ਜਿਸ ਦੇ ਤਹਿਤ ਆਦਰਸ਼ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਮ੍ਰਿਤਕ ਨੌਜਵਾਨ ਜਗਵੀਰ ਸਿੰਘ ਭੰਗੂ ਦੀ ਯਾਦ ਵਿੱਚ ਮੁਫਤ ਕੈਂਸਰ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲੋਕਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਪੰਜਾਬ ਜਿਹੜੇ ਲੋਕ ਨੇ ਉਹ ਨਿਰੋਗ ਰਹਿਣ, ਸਵੱਸਥ ਰਹਿਣ। ਕੈਂਸਰ ਇੱਕ ਅਜਿਹੀ ਨਾਮਰਾਤ ਬਿਮਾਰੀ ਹੈ ਜਿਹੜੀ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ। ਲਗਭਗ 43 ਮੌਤਾਂ ਰਿਪੋਰਟ ਹੋ ਰਹੀਆਂ ਨੇ ਕਿ ਹਰ ਰੋਜ਼ ਪੰਜਾਬ ਦੇ ਵਿੱਚ ਹੋ ਰਹੀ ਨੇ ਕੈਂਸਰ ਕਰਕੇ। ਸੋ ਸਾਡਾ ਆਦਰਸ਼ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੇ ਇਹ ਵਰਲਡ ਕੈਂਸਰ ਕੈਂਸਰ ਕੇਅਰ ਸੁਸਾਇਟੀ ਧਾਰੀਵਾਲ ਸਾਹਿਬ ਹੋਰਾਂ ਦੀ ਉਹਨਾਂ ਨਾਲ ਸੰਪਰਕ ਕਰਕੇ ਅੱਜ ਇੱਥੇ ਕੈਂਪ ਲਗਵਾਇਆ ਜੀ, ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਇਲਾਕਾ ਨਿਵਾਸੀ ਪਹੁੰਚੇ ਨੇ। ਖਾਸ ਤੌਰ 'ਤੇ ਲੇਡੀਜ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਹੁੰਚੀਆਂ ਨੇ। ਅਸੀਂ ਉਹਨਾਂ ਦਾ ਸਾਰਿਆਂ ਦਾ ਚੈੱਕਅਪ ਕਰਾਂਗੇ। ਅਗਰ ਕਿਸੇ ਨੂੰ ਕੈਂਸਰ ਹੋਵੇ ਤਾਂ ਉਹ ਪਹਿਲੀ ਸਟੇਜ 'ਤੇ ਪਤਾ ਲੱਗ ਜਾਵੇ ਤਾਂ ਆਪਾਂ ਉਹਦੀ ਜਾਨ ਬਚਾ ਸਕਦੇ ਹਾਂ। ਸੋ ਇਹੀ ਉਪਰਾਲਾ ਸਾਡੀ ਸੁਸਾਇਟੀ ਦਾ ਕਿ ਅਸੀਂ ਕਿਸੇ ਦੀ ਗੁਰਮੁਖ ਦੀ ਜਾਨ ਬਚਾ ਸਕਦੇ ਹਾਂ। ਅੰਮ੍ਰਿਤ ਦੇ ਵਿੱਚ ਉਹਨਾਂ ਨੇ ਜਿਹੜਾ ਕੈਂਪ ਹੈਗਾ ਹੈ ਆਮ ਲੋਕਾਂ ਲਈ ਲਗਾਇਆ ਹੈ ਤਾਂ ਕਿ ਜਿਹੜੇ ਲੋਕ ਹੈਗੇ ਆ ਜਾਗਰੂਕ ਹੋਣ, ਉਹਨਾਂ ਨੂੰ ਕੈਂਸਰ ਦਾ ਪਹਿਲਾਂ ਪਤਾ ਲੱਗ ਸਕੇ।